ਕਿਵੇਂ ਲਾਏ ਨੇ ਬਾਈ ਕਿੱਲੇ 100 ਦੇ 2.5 ਕਿਲੋ 2.5 ਕਿਲੋ ਲੋੜ ਹੀ ਆਗਾ ਬਈ ਓਹੋ ਸਿਆ ਬਹੁਤ ਮਹਿੰਗਾਈ ਹੋ ਗਈ ਬਈ ਪਰੌਣੇ ਕਿੱਲੇ ਬਹੁਤ ਮਹਿੰਗੇ ਆਏ ਨੇ केले अपने चाके कोई लोड़ नहीं है ਪੇੜੇ ਕਰਨ ਲੱਗੀ ਪਈ ਹੈ ਰੋਟੀ ਦਾ ਟਾਈਮ ਹੋਇਆ ਪਿਆ ਹੈ ਆ ਇਹਨੂੰ ਲਾ ਲੈਂਦੀ ਨਾਲ ਇਹਦਾ ਸਵੇਰੇ ਦੀ ਕੱਪੜਾ ਲਈ ਪਈ ਆ ਪੁੱਤ ਕਿਉਂ ਕੀ ਹੋ ਗਿਆ ਇਹਨੂੰ ਨਿੱਕਾ ਨਹੀਂ ਤੋੜਦੀ ਉਹ ਪ੍ਰਭ ਖੜੀ ਹੋ ਕੀ ਹੋ ਗਿਆ ਕੀ ਤੂੰ ਦੋਸੜੀਆ ਲਈ ਪਈਆਂ ਤੜਕੀ ਵੀ ਕਿਉਂ ਦਿਮਾਗ ਖਾਣ ਲੱਗ ਜਾਂਦਾ ਮੇਰਾ ਤਾਂ ਪਹਿਲਾਂ ਬਲੱਡ ਵੱਧਦਾ ਪਿਆ ਕੀ ਹੋ ਗਿਆ ਬਲੱਡ ਵੱਧਣ ਨੂੰ ਤੈਨੂੰ ਕੀ ਹੋ ਗਿਆ ਇਹਦਾ ਪੁੱਤ ਕੰਮ ਦੇ ਨਾਲ ਬਲੱਡ ਵੱਧਦਾ ਜਦੋਂ ਕੰਮ ਨੂੰ ਕਹਿ ਰਹੀ ਆ ਮੈਨੂੰ ਨਿੱਕਾ ਦੇ ਪੈਰ ਚੱਕ ਕੇ ਪੈ ਗਿਆ ਕਹਿੰਦੇ ਕੱਪੜਾ ਲੈ ਕੇ ਮੇਰਾ ਬਲੱਡ ਵੱਧ ਗਿਆ ਉਹ ਤੂੰ ਕਰ ਲਿਆ ਕਰ ਕੰਮ ਕੋਈ ਕਿਉਂ ਕਲੇਸ਼ ਤੈਨੂੰ 20 ਵਾਰੀ ਸਮਝਾਇਆ ਮੈਂ ਫੇਰ ਕੀ ਹੋ ਗਿਆ ਜੇ ਇੱਕ ਦਿਨ ਕੰਮ ਨਹੀਂ ਕੀਤਾ ਹਰ ਰੋਜ਼ ਤਾਂ ਮੈਂ ਹੀ ਕਰਦੀ ਆ ਦੇਖਿਓ ਐ ਭੱਜ ਪੈਂਦੀ ਆ ਇਹ ਚੱਲ ਠੀਕ ਆ ਭਾਈ ਆਪਦਾ ਆਪ ਨਿਪੜੋ ਮੈਂ ਤਾਂ ਰੋਟੀ ਲੋਣੀ ਆ ਉਹ ਕੋਈ ਨਾ ਮੰਮੀ ਤੂੰ ਗੁੱਸੇ ਨਾ ਹੋਇਆ ਕਰ ਕੋਈ ਨਹੀਂ ਨਾ ਨਾ ਬਸ ਮੈਂ ਕਿੰਨਾ ਕਚੇਰਾ ਪਤਾ ਨਹੀਂ ਦੋ ਚੁੰਨੀਆਂ ਪਾੜੂੰਗੀ ਪਤਾ ਨਾ ਪਾੜੂੰਗੀ ਮੈਂ ਤਾਂ ਕਰ ਲਿਆ ਆਪਦਾ ਕਰਿਓ ਨਾ ਕਰੋ ਮੈਂ ਤਾਂ ਜਾਂਦੀ ਆ ਉਹ ਤੈਨੂੰ ਇੰਨੀ ਬਰੀ ਕਿਹਾ ਨਾ ਲੱਗ ਕੇ ਕੰਮ ਕਰਾ ਦਿਆ ਕਰ ਕਿਉਂ ਸਾਰਾ ਦਿਨ ਕੁੱਤ ਕਲੇਸ਼ ਪਵਾਈ ਰੱਖਦੀ ਆ ਨਾ ਤੂੰ ਮੈਨੂੰ ਬੀਬੀ ਦੇ ਸਾਹਮਣੇ ਕਿਉਂ ਗਾਲਾਂ ਕੱਢੀ ਜਾਂਦਾ ਹੈ ਜਦੋਂ ਦੇਖੋ ਨਾ ਬੀਬੀ ਦਾ ਹੋ ਕੇ ਬਹਿ ਜਾਂਦਾ ਮੈਂ ਤੇਰੀ ਕੁਛ ਨਹੀਂ ਲੱਗਦੀ ਉਹ ਲੱਗਦੀ ਆ ਫਿਰ ਬੀਬੀ ਦਾ ਵੀ ਤਾਂ ਮੈਨੂੰ ਹੀ ਪੱਖ ਪੂਰਨਾ ਬੂ ਆਪਣੇ ਸਿਰ ਤੇ ਪਿਓ ਨਹੀਂ ਹੈਗਾ ਉਹ ਹੋਰ ਆਪਣੇ ਦੁੱਖ ਕਿਹਨੂੰ ਦੱਸੂਗੀ ਤਾਂ ਮੈਨੂੰ ਉਹਦਾ ਪੱਖ ਪੂਰਨਾ ਪੈਂਦਾ ਨਾਲੇ ਤੂੰ ਐਵੇਂ ਨਾ ਮੇਰੇ ਨਾਲ ਗੁੱਸੇ ਹੋਇਆ ਕਰ ਉਹ ਚੱਲ ਤੂੰ ਹੋਰ ਗੱਲਾਂ ਛੱਡ ਐ ਦੱਸ ਤੇਰੇ ਬਾਪੂ ਨੇ ਕਦੋਂ ਆਣਾ ਸੰਧਾਰਾ ਲੈ ਕੇ ਹੁਣ ਕੀ ਹੋ ਗਿਆ ਹੋਣਾ ਕੀ ਹੈ ਸਿੰਦਰੋ ਭੈਣ ਦਾ ਫੋਨ ਆਇਆ ਸੀ ਤੈਨੂੰ ਪਤਾ ਨਾ ਤਨੋਲ ਲੈਲੀ ਦਾ ਉਹਦਾ ਮਕਾਨ ਪੈਣ ਵਾਲਾ ਹਾਂ ਕੱਲ ਨੂੰ ਉਹਨਾਂ ਦੇ ਲੈਂਟਰ ਪੈਣਾ ਆਪਾਂ ਨੂੰ ਜਾਣਾ ਪਊਗਾ ਅੱਛਾ ਫਿਰ ਕੀ ਆ ਫਿਰ ਆਪਾਂ ਕੱਲ੍ਹ ਜਾ ਕੇ ਪਰਸੋਂ ਆ ਜਾਵਾਂਗੇ ਬਾਪੂ ਬਾਅਦ 'ਚ ਆ ਜੂਗਾ ਲੈ ਪਰਸੋਂ ਐਵੇਂ ਕਿਵੇਂ ਆ ਜਾਵਾਂਗੇ ਉਹ ਪ੍ਰਾਹੁਣਾ ਢੁੱਲੇ ਦਾ ਸਮਾਨ ਲੈਣ ਗਿਆ ਸੀ ਉਹਦੇ ਲੱਗੀ ਉੱਥੇ 60 ਪਲੇਟ ਸਿੱਟ ਲਈ ਪੈਰ ਤੇ ਉਹਨੇ ਉਹ ਤਾਂ ਪਲਾਸਟਰ ਲਵਾਈ ਫਿਰਦਾ ਆਪਾਂ ਤਾਂ 7-8 ਦਿਨ ਲਾਉਣੇ ਪੈਣਗੇ ਉੱਥੇ ਇਹ ਨਹੀਂ ਪਤਾ ਦੀਵਾਲੀ ਤੱਕ ਰਹਿਣਾ ਪਵੇ ਚੱਲ ਫਿਰ ਕੀ ਹੋ ਗਿਆ ਜੇ ਬਾਪੂ ਪਿੱਛੋਂ ਆ ਵੀ ਗਿਆ ਬੀਬੀ ਤਾਂ ਹੈਗੀ ਆ ਬਾਪੂ ਆਊਗਾ ਸਮਾਨ ਦੇ ਕੇ ਚਾਹ ਪਾਣੀ ਪੀ ਕੇ ਲੰਘ ਜੂਗਾ ਨਾਲੇ ਬੀਬੀ ਦਾ ਤੇ ਆਪਣਾ ਕੀ ਵੰਡਿਆ ਹੋਇਆ ਦੱਸ ਉਹ ਤੂੰ ਕਿਉਂ ਨਹੀਂ ਗੱਲ ਸਮਝੀ ਦਿੰਦੀ ਬੀ ਜੀ ਬੀਬੀ ਦੇ ਮਗਰੋਂ ਆ ਗਿਆ ਉਹਨੇ ਚਨੀਮਾ ਕਹਿ ਦੇਣਾ ਤੈਨੂੰ ਬੀਬੀ ਦੇ ਰੁੱਖੇ ਸੁਭਾਅ ਦਾ ਪਤਾ ਸਮਝਿਆ ਕਰ ਗੱਲ ਨੂੰ ਹਾਂ ਗੱਲ ਤਾਂ ਤੇਰੀ ਸਹੀ ਆਪਾਂ ਛੱਡ ਜੂ ਜਿਹਨੇ ਚਨੀਮਾ ਕਹਿਤਾ ਉਹਨੂੰ ਕੁਛ ਨਾ ਫਿਰ ਹੁਣ ਕੀ ਕਰੀਏ ਕਰਨਾ ਕੀ ਆ ਆਪਾਂ ਅੱਜ ਘਰੇ ਆਪਾਂ ਤਾਂ ਸ਼ਾਮ ਨੂੰ ਜਾਣਾ ਤੂੰ ਹੁਣੀ ਬਾਪੂ ਨੂੰ ਫੋਨ ਲਾ ਤੂੰ ਅੱਜ ਹੀ ਬੁਲਾ ਲੈ ਹਾਲੇ ਫੜੂ ਵੀ ਬਾਪੂ ਕੀ ਸੋਚੂਗਾ ਵੀ ਅੱਜ ਹੀ ਬੁਲਾ ਲਿਆ ਉਹ ਸੋਚਣਾ ਕੀ ਆ ਕਿ ਸਾਨੂੰ ਕੰਮ ਆ ਥੋੜ੍ਹਾ ਜਿਹਾ ਬਸ ਤੁਸੀਂ ਅੱਜ ਹੀ ਆ ਜਾਓ ਨਾਲੇ ਸਿੰਮੂ ਵਿਹਲੇ ਹੀ ਹੋਊਗਾ ਅੱਜ ਛੁੱਟੀ ਤਾਂ ਹੈਗੀ ਆ ਉਹਨੂੰ ਚੱਲ ਮੈਂ ਦੇਖਦੀ ਹਾਂ ਫੋਨ ਕਰਕੇ ਆਪ ਬਾਜੀ ਸਤ ਸੰਗ ਤੇ ਸਾਰੇ ਕੰਮ ਆਪ ਮੈਨੂੰ ਕਰਨੇ ਪੈਂਦੇ ਆ ਮੇਰਾ ਸਾਲਾ ਇਹ ਨਹੀਂ ਆਖੇ ਲੱਗਦਾ ਤੇ ਕਦੂ ਪਾਪੇ ਕੀ ਕਰਦੇ ਤਾਂ ਤੋਂ ਫਰੜਦਾ ਮੀਂਹ ਆਉਣ ਵਾਲਾ ਮੈਨੂੰ ਲੱਗਦਾ ਚੱਕ ਲੈ ਮਹਾਂ ਸਿਆਲ ਆਉਂਦਾ ਮੂਹਰੇ ਸੁੱਕਦੀਆਂ ਨਹੀਂ ਮੂਹਰੇ ਹਲਦੀ ਲਾ ਲਿਆ ਕਰਾਂਗੇ ਤੂੰ ਹੀ ਕਿਹਦਾ ਗਿਆ ਹੈਲੋ ਹਾਂ ਬੇਟਾ ਸਤਿ ਸ਼੍ਰੀ ਅਕਾਲ ਕੁਛ ਨਹੀਂ ਮੈਂ ਤਾਂ ਆਹ ਪਾਥੀ ਜਿਹੀ ਚੱਕਦਾ ਦੀ ਮੀਂਹ ਜਿਹਾ ਵਾਲਾ ਹੋਇਆ ਪਿਆ ਮਾਹੌਲ ਜਿਹਾ ਮਹਾਂ ਚੱਕ ਲਾਂ ਹਾਂ ਹਾਂ ਅੱਛਾ ਸੰਧਾਰਾ ਬਿਸਕੁਟ ਦਾ ਕਿਰਾਏ ਪਏ ਨੇ ਬਿਸਕੁਟ ਹਾਂ ਅੱਛਾ ਚੱਲ ਬਿਸਕੁਟ ਦਾ ਆਟਾ ਜਿਹਾ ਪਿਆ ਗਾ ਹਜੇ ਬਿਸਕੁਟ ਉੱਥੇ ਪਏ ਨੇ ਦੁਕਾਨ 'ਤੇ ਪਤਾ ਨਹੀਂ ਕਰੇ ਹੁਣੇ ਪਤਾ ਨਹੀਂ ਨਾ ਤੈਨੂੰ ਆ ਜਾਂਦੇ ਆ ਫਿਰ ਹੋਰ ਕੀ ਆ ਬਾਈ ਹੈ ਸਿੰਮੂ ਕਹਿੰਦਾ ਸੀ ਮੇਰਾ ਪੇਪਰ ਜਾ ਉਹਨੂੰ ਪੁੱਛ ਲੈਂਦਾ ਮੈਂ ਫਿਰ ਦੇਖਦਾ ਹੋਰ ਇਹਦਾ ਦੇਣੀ ਹੋਰ ਠੀਕ ਆ ਤੂੰ ਠੀਕ ਆ ਬਾਜ ਜੀ ਨੂੰ ਕੀ ਹੋ ਰਿਹਾ ਬੇਟਾ ਤੇਰੀ ਨੂੰ ਹੈਂ ਦੇਖ ਕੇ ਰਿਹਾ ਕਰ ਬੇਟਾ ਅੱਜ ਕੱਲ੍ਹ ਮਾਹੌਲ ਬਹੁਤ ਉਹ ਬਿਮਾਰੀਆਂ ਲੱਗਦੀ ਰਹਿੰਦੀਆਂ ਨੇ ਆ ਭੈਣ ਦੇ ਖਸਮਾਂ ਆ ਮੇਰੇ ਸਾਰੇ ਸੈੱਲ ਜੇ ਘੱਟ ਜਾਂਦੇ ਨੇ ਮੁੜ ਕੇ ਲੋਟ ਹੀ ਨਹੀਂ ਆਉਂਦਾ ਆ ਇਹਦੀ ਬੰਤ ਦੀ ਬਹੂ ਤੀ
ਮੇਰੇ ਸਾਲ ਦਾ ਉੱਥੋਂ ਖੜਾ ਸੁੱਟਿਆ ਮਰੇਲ ਕੋਟਲੇ ਤੋਂ ਪੁੱਤ ਦੇਖ ਕੇ ਰਿਹਾ ਕਰ ਮੈਨੂੰ ਵੀ ਖੰਘ ਜੀ ਆ ਮੈਨੂੰ ਮੈਂ ਵੀ ਲਾਉਣਾ ਅੱਜ ਦੇਖਦਾ ਕਿ ਜਾਨਾ ਭੋਲੇ ਲਵੇ ਹੋਰ ਇੱਥੋਂ ਕੁਛ ਨਹੀਂ ਚੰਗਾ ਮੈਂ ਤਾਂ ਪੁੱਤ ਆ ਗਿਆ ਮੈਂ ਕੋਈ ਨਾ ਘੱਟ ਫੋਨ ਮੈਂ ਸਿੰਮੂ ਨੂੰ ਬੁਲਾਉਣਾ ਹੋਰ ਚੱਕਦਾ ਦੀ ਬੱਠਲ ਚੰਗਾ ਲੈ ਹੁਣ ਇਹਨੇ ਕਰਤਾ ਕੁੜੀ ਜੀ ਨੇ ਫੋਨ ਜਾਣਾ ਪੈਂਦਾ ਬਾਈ ਕਬੀਲਦਾਰੀ ਆ ਹੈਂ ਇੱਕ ਟੋਕਰਾ ਸੁੱਟਿਆ ਮੈਂ ਬੱਠਲ ਆ ਸੰਨੀ ਜੀ ਰੋਣ ਲੱਗ ਗਿਆ ਉਹ ਆਹੋ ਬਾਪੂ ਮੇਰੇ ਸਾਲੇ ਦਾ ਖਰਚਾ ਖੜਾ ਹੋ ਗਿਆ ਇੱਕ ਹੋਰ ਕੀ ਹੋ ਗਿਆ ਬਿੱਲ ਆ ਗਿਆ ਉਹ ਤੇਰੀ ਮਾਂ ਦਾ ਮਕਲਾਬ ਆ ਗਿਆ ਬਿੱਲ ਉਹ ਮਕਲਾਬਾ ਤਾਂ 25 ਸਾਲ ਪਹਿਲਾਂ ਆ ਗਿਆ ਸੀ ਤਾਂ ਹੀ ਅਸੀਂ ਉਹਦੇ ਫਿਰਦੇ ਹਾਂ ਫਿਰਦਾ ਬਲਾ ਗੱਲ ਤਾਂ ਸੁਣ ਲਿਆ ਕਰੋ ਕੁੜੀ ਨੇ ਫੋਨ ਕਰਤਾ ਅੱਛਾ ਖੜੇ ਪਰ ਜੇਬ 'ਚ ਠੈਨੀ ਨਹੀਂ ਕਹਿੰਦੀ ਸੰਧਾਰਾ ਫੜਾ ਜੋ ਕਹਿੰਦੀ ਫਿਰ ਮੈਂ ਜਾਣਾ ਉਹ ਫਿਰ ਬਾਪੂ ਉਹ ਤਾਂ ਫੜਾ ਕੀ ਆਉਣਾ ਚੱਲ ਫਿਰ ਫੜਾ ਆਉਣਾ ਉਹਨਾਂ ਦਾ ਮਿੱਠੂਗਾ ਮੋਟਰਸਾਈਕਲ ਮੰਗ ਲਿਆ ਪਰਾਂ ਤੇ ਆਉਣੇ ਆ ਆਹ ਮੈਂ ਸੰਨੀ ਜੀ ਕਰਦਾ ਹੋਰ ਉਹਦੀ ਨਣਦ ਜੀ ਉਹ ਹੈਗੀ ਜਠਾਣੀ ਉਹਦਾ ਕਹਿ ਦਿੰਦੀ ਆ ਕਿ ਮੇਰੇ ਘਰ ਦੇ ਆਏ ਤੀ ਉਹਨੂੰ ਮੇਨੇ ਮਾਰ ਦਿਆ ਕਦੇ ਮੈਨੂੰ ਸ਼ੱਕ ਜੀ ਪੈਂਦੀ ਤੀ ਉਹ ਕੋਈ ਨੀ ਬਾਪੂ ਉਹਦਾ ਹੁਣ ਆਪਣਾ ਫਰਜ਼ ਹੈ ਰੋਣੀ ਪੈਣਾ ਆਪਾਂ ਨੇ ਚੱਲ ਚੱਲ ਮਿੱਠੂਗਾ ਮੋਟਰਸਾਈਕਲ ਫੜ ਲਿਆ ਆਹੋ ਫੜ ਲਿਆ ਉਹਨਾਂ ਕਰ ਦਿਆ ਸੰਨੀ ਜੀ ਪਾਣੀ ਜਾਣਾ ਪਾਇਆ ਕਰ ਖੜ ਪਈ ਤੀ ਮੇਰੇ ਸਾਲੇ ਉਹ ਲਾ ਦਿਆ ਕਰੋ ਕੱਥੋਂ ਦੇ ਦੁੱਧ ਆ ਉਹ ਲਾ ਸੇਵਕ ਡੈਰੀ ਵਾਲੇ ਦੇ ਫੈਂਟ ਹੀ ਨਹੀਂ ਆਉਂਦੀ ਉਹਦਾ ਉਹਦੀ ਕਹਿ ਦਿੰਦਾ ਇੰਨੀ ਆ ਗਈ ਉਹ ਪਾਉਂਦੀ ਨਹੀਂ ਭਾਈ ਕਿੱਥੋਂ ਆਊ ਆ ਜਾ ਕੇ ਰਾ ਫੜ ਲਿਆ ਮੋਟਰਸਾਈਕਲ ਮੈਂ ਪਾਉਣਾ ਕੱਪੜੇ ਜੇਬ ਚ ਤਾਂ ਢਿੱਲਾ ਨਹੀਂ ਕੱਢ ਕੇ ਰਾਜੀ ਹੈਗਾ ਪੈਂਟ ਲਵਾਊਗਾ ਇਹ ਜੰਗ ਮੇਰੇ ਸਾਲਿਓ ਮਾੜਾ ਮੋਟਾ ਪਾਣੀ ਗਾਲ ਦਿਆ ਕਰੋ ਇਹ ਚ ਮਾਂ ਚ ਹੁਣ ਉਹ ਚ ਗਾਲ ਦਿਆ ਕਰੂ ਮਾੜਾ ਮੋਟਾ ਮੁਸਤ ਮਾਰਦਾ ਮੇਰਾ ਸਾਲ ਅੰਦਰ ਬੈਠਿਆ ਨਹੀਂ ਗਿਆ ਬਾਪੂ ਤੂੰ ਵੀ ਤਾਂ ਅੰਦਰ ਗਿਆ ਹੁਣ ਤੂੰ ਹੀ ਪਾਏ ਆਉਂਦਾ ਨਾਲੇ ਉਰੀ ਫਰੀ ਜਾਂਦਾ ਤੂੰ ਬਗ ਜਾ ਉਹ ਮੈਂ ਸੰਨੀ ਗੱਲ ਕਿਆ ਹਟਿਆ ਸੀ ਇਹਦਾ ਹੱਥ ਧੋਣਾ ਹੱਥ ਧੋਣ ਨੂੰ ਦੱਸ ਕੀ ਮੇਰੇ ਸਾਲ ਦਾ ਲੱਗਿਆਗਾ ਤੂੜੀ ਹੋਈ ਆ ਜਾਂ ਭਾਜਾ ਲੈ ਆ ਮੋਟਰਸਾਈਕਲ ਨਾਲੇ ਕੱਪੜੇ ਪਾ ਕੀ ਬਗ ਜੀ ਤੂੰ ਫਿਰ ਇੱਥੇ ਲਾਈ ਜਾਵੇਂਗੇ ਇਸਨੇ ਮਿਸਨੇ ਚੰਗਾ ਜਾ ਹਾਂ ਨਾਲੇ ਤੂੰ ਵੀ ਹੱਥ ਧੋ ਲਾ ਹੁਣ ਮਾਲਾ ਧੋ ਆਇਆ ਜੀ ਅੰਦਰ ਹੀ ਮੇਰੇ ਸਾਲ ਦੀ ਕੀ ਖੜ ਲੱਗੀ ਆ ਹੱਥਾਂ ਨੂੰ ਮੈਂ ਨਹੀਂ ਛੋਡੇ ਮੰਗੂ ਪਾਣੀ ਡੋਲਦਾ ਲੈ ਉਹ ਸਿੰਮੂ ਨਾਲੇ ਗੱਲ ਸੁਣ ਲੈ ਮੇਰੀ ਓਏ ਹੁਣ ਇਹ 70,000 ਰੁਪਇਆ ਲਾ ਕੇ ਹਟਿਆ ਤੇ ਜਿਹੇ ਜਿਹਾ ਮੋਟਰਸਾਈਕਲ ਲੈ ਕੇ ਜਾ ਰਿਹਾ ਮੈਨੂੰ ਉਹੋ ਜਿਹਾ ਮੋਟਰਸਾਈਕਲ ਲਿਆ ਕੇ ਫੜਾ ਦੇ ਘਰੇ ਨਾ ਕੋਈ ਨਹੀਂ ਬਾਈ ਬਸ ਆਉਣ ਜਾਣ ਹੀ ਕਰਨਾ ਹਾਂ ਬਾਪੂ ਤੋਂ ਚੋਰੀ ਦੇ ਰਿਹਾ ਨਾਲੇ ਆ ਜੀ 2-2 ਘੰਟੇ 'ਚ ਤੈਨੂੰ ਪਤਾ ਮੇਰੇ ਬਾਪੂ ਦੇ ਸੁਭਾਅ ਦਾ ਨਾਲੇ ਨਾ ਨਾ ਕੋਈ ਚੈੱਕ ਕਰ ਲੱਭਦਾ ਸਾਰਾ ਕੁਛ ਟਾਇਰ ਟੂਰ ਅੱਗੋਂ ਪਿੱਛੋਂ ਸਭ ਚੈੱਕ ਕਰ ਲਾ ਬਾਈ ਮੈਂ ਤਾਂ ਇੱਥੋਂ ਲੈਣਾ ਤੈਨੂੰ ਸਿੱਧੀ ਜੀ ਗੱਲ ਦੱਸਣਾ ਕੋਈ ਨਹੀਂ ਬਾਈ ਨਾਲੇ ਤੇਲ ਤੂਲ ਪਵਾ ਲਈਏ 'ਚ ਥੋੜ੍ਹਾ ਹੀ ਆ ਤੇਲ ਕਿਤੇ ਦੱਬੀ ਫਰੀ ਜਾਵੇ ਇਹਨੂੰ ਸਾਰਾ ਤੇਲ ਮੜਕਾ ਦੇ ਹਾਂ ਇਹ ਤਾਂ ਖਾਸਾ ਪਿਆ ਪਵਾਇਆ ਹੋਇਆ ਪਰ ਆਪ ਦਾ ਪਵਾ ਲਈ ਤੂੰ ਹੋਰ ਮਿਣ ਕੇ ਦਿੱਤਾ ਮੈਂ ਤੈਨੂੰ ਜਿੰਨਾ ਤੇਲ ਲੈ ਕੇ ਜਾ ਰਿਹਾ ਉਨਾ ਤੇਲ ਮੇਰਾ ਵਾਪਸ ਮੋੜ ਕੇ ਜਾਈ ਕੋਈ ਨਹੀਂ ਕੋਈ ਹਾਂ ਬਹੁਤ ਮਹਿੰਗਾ ਹੋ ਰਿਹਾ ਤੇਲ ਬਾਪੂ ਤੇਰਾ ਪਤੀ ਆ ਮੈਨੂੰ ਕਿੰਨਾ ਕੰਜੂਸ ਆ ਠੀਕ ਆ ਚਲਾ ਕੇ ਦੇਵਾਂ ਤੈਨੂੰ ਇੱਕ ਤਾਂ ਤੇਰੇ ਪੈਰ ਨਹੀਂ ਪੂਰੇ ਆਉਂਦੇ ਯਾਰ ਤੈਨੂੰ ਚੀਜ਼ ਦੇਣ ਲੱਗੇ ਵੀ ਡਰ ਲੱਗਦਾ ਇੱਕ ਬਾਤ ਤੈਨੂੰ ਜਵਾਬ ਨਹੀਂ ਦਿੰਦਾ ਮੈਂ ਮਾ ਚੱਲ ਕਾਹਨੂੰ ਚੱਕ ਫੜਾ ਕਦੇ ਵਧੀਆ ਸਭ ਸਭ ਵਧੀਆ ਤੂੰ ਭਰਾਵਾ ਡੇਗ ਡੂਗ ਨਾ ਜਾਈ ਕਿਤੇ ਨੂੰ ਪਿੱਛੇ ਨੂੰ ਪੈਂਦੇ ਨੇ ਗੇਰੇ ਦੇ ਆਹੋ ਲਾਈਟ ਨਹੀਂ ਬੰਦ ਹੁੰਦੀ ਦੀ ਕਿਤੇ ਮੱਥਾ ਮਾਰੀ ਜਾਵੇ ਲਾਈਟ ਨਹੀਂ ਬੰਦ ਹੁੰਦੀ ਸੰਬੋਚ ਕੇ ਲਿਜਾਈ ਹਲੇ ਮੈਂ ਤਾਂ ਪੈਸੇ ਵੀ ਨਹੀਂ ਪੂਰੇ ਭਰੇ ਇਹਦੇ ਲੈ ਜਾਏਗਾ ਆਹੋ ਲੈ ਜਾਊ ਚੰਗਾ ਲਾਈਟ ਜੀ ਦਾ ਬੰਦ ਕਰ ਲਾ ਓਏ ਉਹ ਬਾਪੂ ਇਹ ਨਹੀਂ ਬੰਦ ਹੁੰਦੀ ਇਹ ਤਾਂ ਆਟੋਮੈਟਿਕ ਜੀ ਹੈਗੀ ਇਹ ਤਾਂ ਮੇਰੇ ਸਾਲੇ ਦਿਨ ਉਹਦੇ ਪਟਵਾਰੀ ਦਾ ਮੁਰਸੀ ਘਟਾਦਾ ਦੀ ਉੱਥੇ ਬਥੇਰਾ ਜਲੂਸ ਨਿਕਲਿਆ ਚੱਲ ਉਹ ਤਾਂ ਕੋਈ ਨਹੀਂ ਕੋਈ ਢੋਲੇ ਨੂੰ ਪੱਗ ਪੁੱਗ ਗੇਟ ਦਾ ਮੈਂ ਡਾਤਾ ਕਿਉਂ ਹੋਰ ਚੱਲਣਾ ਨਹੀਂ ਹੈਗਾ 3 ਵਜੇ ਮੁੜੇ ਆਵਾਂਗੇ ਕਿਹੜਾ ਵੇਲਾ ਹੋ ਗਿਆ ਤਾਂ ਦੇਖ ਲਾ ਮੈਂ ਬੂਟ ਵੀ ਨਹੀਂ ਪਾਇਨਾ ਮੈਂ ਪੱਗ ਵੀ ਨਹੀਂ ਪਰਨੇ ਚ ਫਿਰਦਾ ਤੜਕੇ ਦੇ ਮੇਰੇ ਸਾਲਾ ਤੈਨੂੰ ਦੇਖਣ ਜਾਂਦੇ ਆਪਾਂ ਉੱਥੇ ਕੁੜੀ ਲਵੇ ਜਾਂਦੇ ਆ ਪਰ ਨਮੇੜੇ ਆਉਣੇ ਆ ਕੰਮ ਆ ਪਤਾ ਕਿ ਟਾਈਮ ਪਾਸ ਕਰਨ ਜਾਂਦੇ ਆ ਬਾਪੂ ਰਿਸ਼ਤੇ ਚ ਜਾਂਦੇ ਓ ਯਾਰ ਤੈਨੂੰ ਕੋਈ ਨਹੀਂ ਉਹ ਕਰਦਾ ਮੈਂ ਮੂੰਹ ਤੇ ਮਰੂ ਥਾਪੜਾ ਮੇਰੇ ਸਾਲੇ ਉਹ ਤਾਂ ਉੱਠਦੇ ਨਹੀਂ ਹੈਗੇ ਤੜਕੀ ਹੁਣ ਆਹ ਲੱਗ ਗਿਆ ਕਰ ਲੈਣ ਗਿਆ ਸੀ ਕੁਛ ਨਹੀਂ ਹੁੰਦਾ ਚੱਲ ਕੋਈ ਨਹੀਂ ਦੇਖਦਾ ਤੈਨੂੰ ਹੋਰ ਐ ਨਹੀਂ ਕਰਦੇ ਹੁੰਦੇ ਚੱਲ 100 ਰੁਪਇਆ ਦੇ ਫਿਰ 100 ਰੁਪਇਆ ਕੀ ਕਰਨਾ ਤੈਂ ਉਹ ਤੇਲ ਪਵਾਉਣਾ ਹੁਣ ਇਹ ਪਾਣੀ ਤੇ ਥੋੜੀ ਚੱਲਦਾ ਤੇਲ ਹੈ ਨਹੀਂ ਇਹ ਜ ਮਾੜਾ ਮੋਟਾ ਉਹ ਹੈ ਨਹੀਂ ਗਾ ਚ ਉਹਨੇ ਕਿਹਾ ਹੈਗਾ ਕਹਿੰਦਾ ਤੇਲ ਪਵਾ ਲਈ
ਤੇਲ ਪਵਾਲੀ ਮੇਰੇ ਸਾਲੇ ਦਾ ਸਿਆਪਾ ਕਿੰਨੇ ਦੇਵਾਂ ਹੁਣ ਬਾਪੂ 100 ਰੁਪਏ ਦੇ ਦੇ 100 ਰੁਪਏ ਨੂੰ ਮੇਰਾ ਸਾਲਾ ਨੈਣੀਤਾਲ ਜਾਣਾ ਜਾਣਾ ਦਾ ਰਟੋਲਾ 2 ਕਿਲੋਮੀਟਰ ਤੇ ਉਈ ਨਾ ਕਰਿਆ ਕਰ ਚੱਕ 20 ਰੁਪਏ ਬਾਪੂ ਵਾਪਸ ਵੀ ਮੁੜਨਾ 20 ਦੇ ਤੇਲ ਨਾਲ 28 ਤੱਕ ਨਹੀਂ ਜਾਣਾ ਇਹਦੇ ਰੋੜ ਕੇ ਲੈ ਜਾਗੇ ਉਹ ਤੇਲ ਪਤਾ ਬਾਪੂ ਕਿੰਨਾ ਮਹਿੰਗਾ ਹੋ ਰਿਹਾ ਹੈਗਾ 100 ਰੁਪਏ ਲੀਟਰ ਹੈਗਾ ਮੇਰੇ ਆ ਸਾਲਾ ਤੂੰ ਨਾ ਹਟੀਆਂ ਵੱਡੇ ਜੇ ਤੜੰਗਾ ਚੱਕ ਫਿਰ 50 ਰੁਪਏ 20 ਰੁਪਿਆਂ ਦਾ ਇਹ ਚ ਗਾਲ ਲਈ 30 ਰੁਪਿਆਂ ਦਾ ਬੋਤਲ ਚ ਪਵਾ ਲਈ ਬੋਤਲ ਚ ਕਾਹਦੇ ਵਾਸਤੇ ਪਾਉਣਾ ਇੱਚੀ ਪਵਾ ਲਾਂਗੇ ਐ ਕਿਵੇਂ ਪਵਾ ਲੇਂਗਾ ਜੇ ਪਹਿਲਾਂ ਸੁਣ ਲਿਆ ਕਰ ਤੈਨੂੰ ਮੈਂ ਦਿੰਦਾ ਰਹਿ ਜੇ ਤਾਂ ਆਪਾਂ ਬਾਗੇ 20 ਰੁਪਿਆਂ ਦੇ ਨਾਲ ਉੱਥੇ ਨਾਲੇ ਮੁੜੇ ਆਏ ਫਿਰ ਤਾਂ ਸਰ ਗਿਆ 20 ਰੁਪਿਆਂ ਚ ਜੇ ਰਾਹ ਚ ਖੜ ਗਏ ਭਾਈ 10 ਰੁਪਿਆਂ ਦਾ ਫਿਰ ਪਾ ਲਾਂਗੇ 20 ਦਾ ਫਿਰ ਬਚ ਗਿਆ ਜੇ ਜਮੀ ਸਰ ਗਿਆ 20 ਦਾ 30 ਦਾ ਪੰਪ ਨੂੰ ਵਾਪਸ ਕਰ ਦਾਂਗੇ ਦੁਬਾਰੇ ਬਾਪੂ ਬਾਲਾ ਕੰਜੂਸ ਹੈ ਯਾਰ ਤੂੰ ਵਿੱਚ ਪਵਾ ਲੈਣਾ ਕਦੇ ਵਾਸਤੇ ਐ ਕਿਵੇਂ ਪਵਾ ਲੈਣਾ ਕਿਸੇ ਦਾ ਸੰਦ ਹੈ ਮੇਰਾ ਸਾਲਾ ਕਿਸੇ ਦਾ ਰਹਿੰਦਾ ਇਹਦਾ ਉਹ ਗੱਲ ਕਰਤੀ ਰਾਠ ਜੋਗੇ ਕੇ ਵਿਆਹ ਭੋਗੇ ਕੇ ਮੇਰੇ ਸਾਲੇ ਨਾ ਕਿਸੇ ਕਿਹੜੀ ਛੱਡਿਆ ਕਰੋ ਕੁਛ ਕੋਈ ਨਹੀਂ ਦਿੰਦਾ ਚੱਲ ਚੰਗਾ ਬਹਿ ਜਾ ਯਾਰ ਚੱਲ ਪੀਪਾ ਜਾ ਚੱਕਣਾ ਹਜੇ ਉੱਥੋਂ ਕਿੱਥੋਂ ਘਰਾਟ ਤੋਂ ਹੋਰ ਕਿੱਥੋਂ ਚੱਲ ਗੱਲ ਹੋ ਗਈ ਕੱਲ ਨੂੰ ਕਿਹਾ ਸੀ ਦੱਸ ਕੀ ਕਰਦਾ ਰਕ ਪੈਣ ਲੱਗੀ ਆ ਚੱਲ ਤਿੱਤਾ ਪਵਾ ਲਿਆ ਸੀ ਮੂੰ ਕੇਲੇ ਜੇ ਵੀ ਲਈ ਲੈ ਉਹ ਐਵਰੇ ਰੋਕ ਲਾ ਇੱਥੇ ਲਾ ਕਿਵੇਂ ਲਾਏ ਨੇ ਬਈ ਕੇਲੇ 100 ਦੇ 2.5 ਕਿਲੋ 2.5 ਕਿਲੋ ਲੋੜ ਹੀ ਆ ਗਿਆ ਬਈ ਓਹੋ ਸਿਆ 100 ਦੇ 1.5 ਕਿਲੋ ਅੱਛਾ ਯਾਰ ਚੱਕ ਰੱਖਿਆ ਕੰਮ ਹੈ ਆਹ ਕੋਈ ਜਮੀ ਸਸਤੇ ਨਹੀਂ ਹੈਗੇ ਵੀ ਸਸਤੇ ਵਾਲਾ ਵੀਰੇ ਟਾਈਮ ਗਿਆ ਅੱਛਾ ਫਿਰ ਆਏ ਕਰ ਸਿਮੂ ਕਿੰਨੀ ਕੁ ਲਈਏ ਲੈ ਲਓ ਆਪੂ ਦਰਜਣ ਕਾ ਦਰਜਣ ਤਨ ਦਾ ਜੀ ਨੇ ਯਾਰ ਇੱਕ ਇੱਕ ਖਾ ਲੈਣਗੇ ਚਲ ਦੋ ਦੋ ਖਾ ਲੈਣਗੇ 30 ਕੇਲੇ ਪਾ ਦੇ ਭਾਈ 30 ਕੇਲੇ ਪਾ ਦੇ ਪਾ ਦੇ ਕੁਛ ਵਧੀਆ ਜਿਹਾ ਪਾ ਦੇ ਭਾਈ ਬਾਪੂ ਵੀ ਸਸਤੇ ਕਰਦੀ ਕੋਈ ਹੁਣ ਕੂਲੇ ਜੇ ਦੇ ਦੇ ਕੋਈ ਨਹੀਂ ਬਾਪੂ ਓਏ ਉਹਨੇ ਕਿੱਥੇ ਖਾਦੇ ਜਾਂਦੇ ਨੇ 30 ਪੈ ਗਏ ਹਾਂ ਜੀ ਪਾ ਦੇ ਕਿੰਨੇ ਦੇ ਬਣ ਗਏ ਇਹ ਆਪਣੇ ਇਹ ਤੂੰ ਮੈਨੂੰ ਕਹਿ ਕਿੰਨੇ ਦਾ ਕਿਹਾ ਸੀ ਕੇਲੇ ਦੀ ਦਰਜਣ 250 ਦਾ ਕਿਲੋ ਆਈ ਹੋਰ ਕਿਲੋ ਕਿੰਨੇ ਚੜ ਗਏ 30 ਦੇ ਹੋ ਗਏ 30 ਦੇ ਹੋ ਗਏ ਭਾਈ 30 ਦੇ ਦਿੰਨੇ ਆ ਲਓ ਜੀ ਕਿੱਥੇ ਨੇ ਪੈਸੇ ਹੋਏ ਮੈਨੂੰ ਕਿੰਨੇ ਕੱਢਤੇ ਬਿਸਕਟਾ ਕੱਢਤੇ ਜੀ ਕੱਢਤੇ ਕਿੱਥੇ ਵੇ ਪੀਪਾ ਉਹ ਫ੍ਰਿਜ ਨੇ ਵੇਖਵਾ ਅੱਛੀ ਆ ਫੜੀ ਹੋਏ ਕੁੜੀ ਲਵੇ ਜਾਣਾ ਯਾਰ ਕਾਲੀ ਆ ਪੈਸੇ ਮੈਂ ਅੱਗੇ ਦੇ ਕੇ ਜਾਉ ਕੋਈ ਨਹੀਂ ਕੋਈ ਚੰਗਾ ਕੋਈ ਗੱਲ ਨਹੀਂ ਹਾਂ ਚੱਲ ਓਏ ਸਾਰਾ ਦਿਨ ਹੀ ਘਰੇ ਰਹਿੰਦੀ ਆ ਆ ਹੁਣੀ ਚਾਚੀ ਕੇ ਗਈ ਆ ਹੁਣ ਘੰਟਾ ਨਹੀਂ ਆਉਂਦੀ ਕੀ ਮਤਲਬ ਬਸ 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 ਰੋਕ ਲੈ ਮੈਨੂੰ ਲੱਗਦਾ ਘਰੇ ਨਹੀਂ ਹੈਗੇ ਜੀ ਮੂੰਹ ਆਉਂਦੇ ਹੈ ਕਦੀ ਹੁਣ ਬੱਪੂ ਫੋਨ ਤਾਂ ਕਰਿਆ ਸੀ ਉਹਨੇ ਆ ਜਾ ਕੇ ਬੱਪੂ ਗੱਲ ਸੁਣ ਹਾਂ ਤੂੰ ਬੜਾ ਬੋਲ ਪੜਾ ਕੇ ਜਾਇਆ ਬੜਾ ਬੋਲੀ ਨਾ ਠੀਕ ਆ ਉਹ ਨਹੀਂ ਬੋਲਦਾ ਨਹੀਂ ਬੋਲਦਾ ਉਹ ਪਿਛਲੀ ਵਾਰ ਵੀ ਤੂੰ ਤੇ ਮਾਸੀ ਲੜ ਪਏ ਸੀ ਕੋਈ ਨਾ ਤਾਂ ਉਹੀ ਕਿਤੇ ਜਿੱਦ ਵੈਸੇ ਜੀ ਹੋ ਗਈ ਸੀ ਆ ਜਾ ਚਾਰ ਕਹੂੰਗਾ ਮਾਸੀ ਆ ਜਾ ਖਾਤਰ ਚਾਹ ਬਣਾ ਲੈਣੀ ਕੁੱਟ ਕੁੱਟ ਜੇ ਕਹੋ ਚਾਹ ਬਹੁਤ ਮਹਿੰਗਾਈ ਹੋ ਗਈ ਭਾਈ ਪ੍ਰਾਹੁਣੇ ਅਕੇਲੇ ਬਹੁਤ ਮਹਿੰਗੇ ਆਏ ਨੇ ਬਸ ਮਹਿੰਗਾਈ ਦਾ ਤੁਹਾਨੂੰ ਪਤਾ ਹੀ ਹੈ ਜੀ ਮਾੜਾ ਜਿਹਾ ਕਿਤੇ ਵਗ ਜੀਏ 500 ਦਾ ਨੋਟ ਤਾਂ ਹੀ ਉੱਡ ਜਾਂਦਾ ਰਾਤ ਵਗੇ ਮੇਲ ਕੋਟਲੇ ਚੌਕੀ ਤੇ ਅੱਛਾ ਜੀ ਹਾਂ ਆਪਣੇ ਪਿੰਡੋਂ ਕੈਂਟਰ ਗਿਆ ਸੀਗਾ ਉਹ ਗਏ ਦੀ 25-30 ਬੰਦੇ ਐ ਲਾਲਾ ਸਾਹਿਬ ਐ ਉੱਡਣ ਨੋਟ ਮਹਿੰਗਾਈ ਬੜੀ ਹੋ ਗਈ ਕੱਠ ਦਾ ਫਿਰ ਖਾਸਾ ਹੋਊਗਾ ਜੀ ਉੱਥੇ ਬਹੁਤ ਦੀ ਭਾਈ ਬਹੁਤ ਕਰਨੀ ਆ ਭਾਈ ਆਪਣੇ ਕੈਲੇ ਕੇ ਵੀ ਗਏ ਸੀ ਪੁੰਡੀ ਲੈ ਕੇ ਗਏ ਸੀ ਬਹੁਤ ਜਨਤਾ ਆਉਂਦੀ ਆ ਬਹੁਤ ਉੱਥੇ ਮੱਥਾ ਟੇਕਦਾਗਾ ਨਹੀਂ ਸੁੱਖਾਂ ਵੀ ਬਾਹਰ ਆਉਂਦੀਆਂ ਆਉਂਦੇ ਨੇ ਭਾਈ ਕਲਾ ਹੈਗੀ ਆ ਹੈਗੀ ਆ ਲੈ ਬਾਪੂ ਮੈਨੂੰ ਲੈ ਬਈ ਦੀ ਲੈ ਜਾ ਭਾਈ ਦਮੋਂ ਨਿਕਲ ਗਏ
ਮੈਂ ਬਣਾਨੀ ਆ ਰੋਟੀ ਤੁਸੀਂ ਕਰੋ ਗੱਲਾਂ ਰੋਟੀ ਨਾ ਮੈਂ ਬਣਾਇਓ ਉਹ ਰੋਟੀ ਦਾ ਟਾਈਮ ਆ ਜੀ ਨਾ ਨਾ ਜਾਣ ਦੇ ਬਸ ਬਸ ਜੀ ਤਾਂ ਤੈਨੂੰ ਫੜਾ ਕੇ ਚੱਲੇ ਪਰ ਜਾਣ ਵਾਲੀ ਤੇਰੀ ਮਾਂ ਗਈ ਹੋਈ ਤੇ ਉੱਥੇ ਸਤਸੰਗ ਜੀ ਤੇ ਮਹਾਂ ਚਲ ਆਜੂ ਆ ਗਈ ਹੋਊਗੀ ਉਹ ਹੋਰ ਠੀਕ ਆ ਬਈ ਪਰੋਣਾ ਚ ਗਿਆ ਨੀ ਫਿਰ ਫੈਕਟਰੀ ਚ ਉਹ ਅੱਜ ਛੁੱਟੀ ਜੀ ਕਰ ਲਈ ਜੀ ਮਹਾਂ ਆਉਂਗੇ ਤੁਸੀਂ ਬੁੱਧੂ ਕੇ ਵਾਲਾ ਪਲਾਟ ਦਿਖਾਵਾਂ ਮੈਂ ਲੈ ਲਿਆ ਦੀ ਥੋਂ ਆਪਾਂ ਹਾਂ ਜੀ ਹਾਂ ਆ ਜਾ ਸ਼ਿਭੂ ਖੈਰ ਝੋਟੀ ਵੀ ਲੈ ਲਈ ਦੀ ਇੱਕ ਹਾਂ ਹਾਂ ਪੌੜੀ ਦੇਖ ਕੇ ਉਤਰੋ ਮਾੜੀ ਜੀ ਇਹ ਜਗ੍ਹਾ ਆਪਣੇ ਬੱਬੀ ਕਿਹਨੇ ਪਾਲੀ ਪਿੰਕ ਚ ਲੱਗਿਆ ਹੋਇਆ ਹਾਂ ਲੁਧਿਆਣੇ ਉਹਦਾ ਵਧੀਆ ਨੌਕਰੀ ਮਿਲ ਗਈ ਉਹਨੂੰ ਉੱਚੀ ਪਾਲੀ ਹਾਂ ਆਦਾ ਬਾਪੂ ਪਹਿਲੀ ਦੀ ਆਪਣੇ ਲਵੇ ਪਲੇਟ ਆ ਪਲੇਟ ਆਦਾ ਬਾਪੂ ਪਹਿਲੀ ਦੀ ਆਪਣੇ ਲਵੇ ਹਾਂ ਹਾਂ ਇਹ ਤਾਂ ਮਾਰਦੀ ਜਿਹਦੀ ਬੜੀ ਇਹ ਤਾਂ ਬਹੁਤ ਹਾਂ ਹਾਂ ਬਹੁਤ ਇਹ ਤਾਂ ਉਦੀ ਸਿੰਘ ਜੇ ਕਰ ਲੈਂਦੀ ਆ ਬਗਾਨਾ ਬੰਦਾ ਦੇਖ ਕੇ ਆ ਦੇ ਨਾ ਨਾ ਦੇਖ ਕੇ ਬੜੀ ਬੈਬ ਤੁਣਾ ਹੈ ਬੜੀ ਬੈਬ ਤੁਣਾ ਆ ਲਈ ਦੀ ਬਾਪੂ ਆਪਾਂ ਹੁਣ ਅੱਛਾ ਹਾਂ ਦੇਖੋ ਕਰਾ ਛੋਟੀ ਦਾ ਵਧੀਆ ਹੈਨਾ ਹਾਂ ਛੋਟੀ ਦਾ ਇਹ ਲਾ ਲਾ ਤੂੰ ਇਹ ਹਾੜੀ ਚ ਲੱਖ ਦੀ ਵਿਕ ਜੂ ਹਾਂ ਵਿਕ ਜੂ ਹੂੰ ਨਾ ਮੈਂ ਉਧਰ ਰੱਖ ਜੂ ਕੁਲਦੀਪ ਕਹਿੰਦੇ ਵੀ ਇਹੀ ਜੀ ਲੈਤੀ ਆ ਹਨਾ ਉਹ ਕੁਲਦੀਪ ਫਿਰਦਾ ਦੀ ਗੱਲ ਪਾਲਦਾ ਝੋਟੀ ਹਾਂ ਵਧੀਆ ਝੋਟੀ ਦਾ ਸਿੰਘ ਵੀ ਵਧੀਆ ਰੁਪਈਆ ਪੈਂਦਾ ਉਹ ਸਿਆਣੀ ਆ ਉਹਦੇ ਮੁੰਗੜੀ ਮਾਰਦੀ ਹੈ ਜਿਵੇਂ ਉਹ ਪੈਂਦੀ ਆ ਰੰਗ ਪਾਗ ਲੱਗੇ ਹੋਣੇ ਭਾਈ ਰੰਗ ਪਾਗ ਹੈ ਆ ਲੈ ਲੈ ਦੀ ਆਪਾਂ ਬੁੱਧੂ ਕੇ ਵਾਲਾ ਵਧੀਆ ਵਧੀਆ ਹਾਂ ਆ ਟਾਟ ਵਈ ਜੀ ਕਰਤੀ ਇਹਦੀ ਜਿਹੜੀ ਬਾਦੂ ਕੱਟੂ ਜਾਂਦੀ ਇਹ ਤਾਂ ਡੱਬਾ ਪੁੱਤ ਡੱਬਾ ਇਹ ਤਾਂ ਹਾਂਜੀ ਹਾਂ ਹੈ ਇਹ ਤਾਂ ਸਿਉਣਾ ਤੇ ਥੋਂ ਜਦੋਂ 4 ਰੁਪਏ ਹੁਣ ਲੈ ਲੇ ਨਾ ਠੀਕ ਆ ਜੀ ਗੱਲ ਉਹ ਮੈਂ ਕਰੀ ਫਿਰ ਬੀਬੀ ਨਾਲ ਹੀ ਰਾਏ ਕਰਕੇ ਮਹਾ 4 ਰੁਪਏ ਆਏ ਹੋਏ ਨੇ ਫਿਰ ਅਸੀਂ ਲੈ ਲਿਆ ਤਾਂ ਮਾਰੇ ਕਿਹੜਾ ਲੋਹੇ ਤੇ ਥੋੜਾ ਦਿੱਤਾ ਜਾ ਕਰਕੇ ਉਹ ਬਾਪੂ ਇੱਟ ਵਧੀਆ ਨਿਕਲੀ ਇਹ ਚ ਇੱਟ ਇੱਟ ਡੂੰਗੀ ਇੱਟ ਹਾਂ ਨਾ ਉਹ ਵੀ ਵਧੀਆ ਇਹ ਇਧਰ 4 ਇੰਚੀ ਹੈਗਾ 8 ਹੈਗੀ ਅਦਾ 4 ਇੰਚੀ ਦਾ ਹੀ ਜਿਹੜਾ ਉਹ ਖੱਡੇ ਲਵੋਂ ਸ਼ੁਰੂ ਹੁੰਦਾ ਹੈ ਉਹ ਤੁਰ ਥਈ 10 ਇੰਚੀ ਦਾ ਹਾਂ ਉਹਦਾ ਢਾ ਦੀ ਟਰਾਲੀ ਵੜਦੀ ਹੋਈ ਹਾਂ ਉਹ ਢਾ ਦਾਂਗੇ ਉਹ ਪਰ ਇਹ ਤੋਂ ਆਪਾਂ ਇਹ 10 ਇੰਚੀ ਚੱਕ ਲਈ ਵਧੀਆ ਸਪੋਰਟ ਹੋ ਜੂ ਇਹ ਤਾਂ ਜਸਨੇ ਦੇ ਦੋ ਜਵਾਕ ਹੋ ਗਏ ਹਾਂ ਕਿੱਧਰ ਪਾਲੂ ਕਿੱਧਰ ਪਾਲੂ ਹਾਂ ਜੀ ਹਾਂ ਉਹ ਤਾਂ ਫਿਰ ਹੈ ਤਾਂ ਹੀ ਫਿਰ ਐਂ ਵੀ ਹੁਣ ਚੱਲ 4 ਰੁਪਏ ਨੇ ਬਣਾ ਲਈਏ ਗਾਹਾਂ ਕੰਮ ਆ ਜਾਂਦਾ ਵਧੀਆ ਵਧੀਆ ਕੀ ਰੇਟ ਪੈ ਗਈ ਆਪਾਂ ਨੂੰ ਇਹ ਛਿਮੂ ਆਪਾਂ ਨੂੰ ਪੈ ਗਿਆ 80-90 ਦੇ ਏੜ ਗੇੜ ਪੈ ਗਿਆ ਮਹਿੰਗਾ ਨਹੀਂ ਪੈ ਗਿਆ ਇਹ ਮੈਂ ਕਹਿੰਦਾ ਮੈਂ ਤਾਂ ਜੀ ਚੱਬ ਤੱਕ ਮਹਾ ਹੁਣ ਹੱਥ ਹੈਗੇ ਨੇ 2 ਰੁਪਏ ਲਵਾ ਹਾਂ ਠੀਕ ਆ ਕੋਈ ਹੋਰ ਆ ਕੇ ਵਿੱਚ ਵੜ ਜਾਂਦਾ ਹਾਂ ਉਹੀ ਗੱਲ ਹੈ ਲੜਾਈਆਂ ਕਰਦੇ ਸੋਹਣੇ ਲੱਗਦੇ ਦਾ ਨਾਲੇ ਖਬਰਾ ਕਹੇ ਜਾਉਂਦਾ ਕੋਈ ਹਾਂ ਵਧੀਆ ਖੁਦ ਆਪਣੇ ਕੰਮ ਆਉ ਤੋਂ ਵਧੀਆ ਕਰ ਆਪਾ ਹੈ ਗੁਰੂ ਨੇ ਸੁਣ ਲਿਆ ਆਜੋ ਫਿਰ ਆਜੋ ਫਿਰ ਆਪਾਂ ਰੋਟੀ ਖਾਈਏ ਹੁਣ ਮੈਂ ਬਾਥਰੂਮ ਨਾ ਕਰਿਆ ਮੈਂ ਕਰਿਓ ਕਰਿਓ ਹੋਰ ਫਿਰ ਛਿਮੂ ਆ ਇਧਰ ਦੱਬਿਆ ਹੋਇਆ ਜੀ ਫਿਰ ਆਪਣਾ ਵੇਚ ਕੇ ਗਾ ਕੰਮ ਆਊ ਆਪਣੇ ਬਾਪੂ ਨਾ ਟੁੱਟਿਆ ਦਾ ਕਾਹਨੂੰ ਉਹਦਾ ਬਹੁਤ ਵਧੀਆ ਇਹਨੂੰ ਉਹ ਦੇ ਤੂੰ ਝੋਟੀ ਦਾ ਹੁਣ ਬੋਲ ਪੂ 4 ਦਿਨਾਂ ਚ ਇਹਨੂੰ ਦੇਸੀ ਦਵਾਈ ਦੇ ਬੱਲੇ ਕਿਉਂ ਲਿਆ ਕੇ ਠੀਕ ਆ ਜੀ ਨੀਲੇ ਰੰਗ ਦੀ ਆਜੋ ਫਿਰ ਆਪਾਂ ਰੋਟੀ ਖਾਈਏ ਹਾਂ ਆਜੋ ਰੋਟੀ ਖਾਈਏ ਮਾਸੀ ਬਣਾਉਂਦੀ ਇਹ ਪੌਂਕੇ ਨੂੰ 20 ਮਿੰਟ ਹੋ ਗਏ ਇਹ ਕੀ ਰਣਾ ਹੈ ਬਸ ਜਦੋਂ ਤੁਸੀਂ ਇੱਧਰ ਕਿ ਹੋਗੇ ਤਾਂ ਚਾਚੀ ਕੀ ਉਹਦੀ ਆ ਗਿਆ ਕੀ ਰਣਾ ਹੈ ਉਸ ਦਾ ਰਾਜਾ ਦੇਣ ਆਇਆ ਹੈ ਸੜੇ ਹੋ ਕੇ ਲੈ ਲੈ ਆਉ ਤੈਨੂੰ ਕਿਉਂ ਪਤਾ ਕਿ ਲੈ ਲੈ ਕੇ ਆਇਆ ਮੈਂ ਜਾਣਦੀ ਹਾਂ ਨਾ ਆ ਜਾ ਭਾਈ ਪੁੱਤ ਨਾਲੇ ਮੰਮੀ ਹੁਣ ਨਾ ਤੂੰ ਕਿਸੇ ਆਪਾ ਛੇੜ ਲੈ ਮੈਂ ਕੀ ਕਹਿਣਾ ਇਹਨਾਂ ਨੂੰ ਉਹ ਮੈਨੂੰ ਪਤਾ ਤੁਸੀਂ ਦੋਹੇ ਇੱਕੋ ਜਿਹੇ ਲੜਾਕੇ ਪੂਰੇ ਮੈਂ ਜਾਣਦੀ ਹਾਂ ਨਾ ਵਿਚਾਲੇ ਅਸੀਂ ਵਾਜ ਜਾਂਦੇ ਆ ਜਵਾਕ ਆ ਮੈਂ ਰੋਟੀ ਖਵਾਉਣਿਆ ਨਾਲੇ ਆ ਜਾਓ ਵਧੀਆ ਦਾ ਰੰਗ ਭਾਗ ਲਾ ਲਈ ਪਰ ਰੋਟੀ
ਰੋਟੀ ਤਾਂ ਕਿਹਾ ਦੀ ਵੀ ਨਾ ਲਿਓ ਉਹ ਚੱਲ ਕੋਈ ਟਾਈਮ ਹੈ ਇੱਕ ਇੱਕ ਤਾਂ ਖਾਈ ਲਓ ਮੜਾ ਜਾ ਐ ਹੋ ਟੂ ਹੀ ਸਿੱਧੀ ਕਰੀਏ ਮੇਰਾ ਸਾਰਾ ਕੁਝ ਕਰ ਲਿਆ ਕਰ ਕਮੰਦਰਾ ਕਰਦਾ ਹੁੰਦਾ ਹੀ ਹੁਣ ਇਹਨੇ ਕੀ ਕਰਨਾ ਹੈ ਆ ਲਓ ਇਹ ਠੋਕਣਾ ਰੋਟੀ ਆ ਗਈ ਪਾ ਵੀ ਲਈ ਪਈ ਹਾਂ ਅਲੇ ਸਿਮੂ ਉਹ ਲੱਸੀ ਪਈ ਹੈ ਲੈ ਪਈ ਤੀ ਇਹ ਫੜਾ ਦੇ ਦਾਲ ਤਾਂ ਨਹੀਂ ਤੀ ਮੈਂ ਖਾਂਦਾ ਦਾਲ ਦਾ ਮੇਰਾ ਬਲੱਡ ਵੱਧ ਜਾਂਦਾ ਨੂਣ ਪਾਉਣੇ ਤੁਸੀਂ ਜ਼ਿਆਦਾ ਮੈਨੂੰ ਪਤਾ ਨਾ ਠੀਕ ਆ ਨੂਣ ਖਾ ਕੇ ਦੇਖੋ ਨਾ ਨਾ ਮੈਂ ਇੱਕ ਬੁਰਕੀ ਜੀ ਲਾ ਲੂੰ ਬਾ ਰੋਟੀ ਨਾ ਹੋਰ ਲੈ ਉਤੀ ਏ ਰੋਟੀ ਜਾਂਦੀ ਬਾਪੂ ਪਾਣੀ ਆ ਰਹੀ ਹੈ ਪਾਣੀ ਦਾ ਲਿਆ ਆਦਾ ਤੁਸੀਂ ਹੀ ਖੇਚਲਾ ਕਰਦੀ ਪਰੋਣਿਆ ਰੋਟੀ ਵਾਲੀ ਤਾਂ ਖੇਚਲਾ ਦੀ ਕੀ ਗੱਲ ਹੈ ਬਾਪੂ ਜੀ ਰੋਟੀ ਤਾਂ ਖਾਣੀ ਹੈ ਨਾਲੇ ਮੈਨੂੰ ਪਤਾ ਤੁਸੀਂ ਕਿੱਥੇ ਬੋਲਦੇ ਹੋ ਕਿੱਥੇ ਬੋਲਦੇ ਆ ਤੁਸੀਂ ਚੂਹ ਪਾਲਦੇ ਹੋ ਉਹਦਾ ਇੰਤਜ਼ਾਮ ਵੀ ਕਰ ਰੱਖਿਆ ਮਾੜਾ ਜਿਹਾ ਸ਼ਾਮ ਨੂੰ ਢਲਣ ਦੋ ਤੁਸੀਂ ਉਹ ਭਾਈ ਕਿਹੜੀ ਸ਼ਾਮ ਜੇ ਤੂੰ ਖੇਚੜਾ ਕਰਿਆ ਝੋਲੇ 'ਚ ਪਾ ਦਿਉਂ ਤਾਂ ਮੈਂ ਪੀਂਦਾ ਨਹੀਂ ਘਰੇ ਜਾ ਕੇ ਪੀ ਲੂੰ ਹਾਂ ਚੱਲ ਐਂ ਕਰ ਲਓ ਹੋਰ ਮੈਂ ਦਵਾਈ ਮੈਂ ਕੋਈ ਇੰਨੀ ਕੁ ਪੀਣਾ ਹੁਣ ਨਾ ਖਾ ਕੇ ਜੀ ਪੀਂਦਾ ਤਾਂ ਕਿਉਂ ਨਹੀਂ ਬਾਪੂ ਤੂੰ ਕੇਲੇ ਦੀ ਛਿਲਕ ਉੱਤੇ ਪੈ ਗਈ ਤੇਰੇ ਸਾਹਮਣੇ ਚੱਲ ਕੋਈ ਨਹੀਂ ਲੈ ਤਾ ਇਹ ਕਹਿੰਦਾ ਨਹੀਂ ਖਾਣਾ ਉਹ ਕੇਲਾ ਹੈ ਜੀ ਉਹ ਕੇਲੇ ਬੜੇ ਜਵਾਨ ਨੇ ਕਿੱਥੋਂ ਲੈ ਕੇ ਆਏ ਹੋ ਰੱਖ ਲੈਂਦੇ ਮਿੱਠੇ ਬਹੁਤ ਨੇ ਲੈ ਬਈ ਲੈ ਆ ਬਸ ਅੱਧੀ ਕੁ ਰੋਟੀ ਹੋਰ ਖਾ ਲਾ ਬਾਣੀ ਸਵਾਦ ਨਾ ਨਾ ਬਸ ਪੁੱਤ ਹੋਰ ਠੀਕ ਆ ਪਰਾਉਣੇ ਆ ਕੇਲੇ ਦਾ ਮੰਗਿਆਈ ਬਾੜੀ ਹੋ ਗਈ ਨਹੀਂ ਉਹ ਸਵਾਦ ਬਹੁਤ ਨਹੀਂ ਹੈ ਚੱਲ ਵਧੀਆ ਬਈ ਕਹਿੰਦਾ ਨਹੀਂ ਖਾਣਾ ਉਹ ਕੇਲਾ ਨਾ ਬੱਬੂ ਲੈ ਪੁੱਤ ਇੱਕ ਹੋਰ ਖਾ ਲੈ ਕੇਲਾ ਉਹ ਬਸ ਮਾਂ ਹੁਣ ਬੇ ਪੁੱਤ ਲੜਨੇ ਇਹਦਾ ਕੇਲੇ ਨੇ ਅੱਖ ਤੱਕ ਖਰਾਬ ਹੋ ਜਾਣੇ ਖਾ ਲੈ ਚੱਲ ਦੇ ਜਾ ਭਾਈ 80 ਰੁਪਏ ਦੀ ਦਰਜਣਾ ਹੀ ਹੈ ਜੇ ਖਾ ਲਈ ਇੱਕ ਭਾਈ ਪੁੱਤ ਮੈਂ ਨਹੀਂ ਖਾਣੀ ਤੂੰ ਵੀ ਖਾ ਲਾ ਪੁੱਤ ਕੇਲਾ ਜਿਹੜੇ ਹਿਸਾਬ ਨਾਲ ਕੇਲੇ ਚੱਲਦੇ ਨੇ ਮੈਨੂੰ ਲੱਗਦਾ ਮੁੱਕਣ ਵਾਲੇ ਨੇ ਠੀਕ ਹੈ ਪਤਾ ਨਹੀਂ ਖਾਣਾ ਉਹ ਕੇਲਾ ਜੇ ਖੜਾ ਮੰਮੀ ਮੈਨੂੰ ਇੱਕ ਕੇਲਾ ਦੇ ਦਿਓ ਇੱਕ ਵੀਰੇ ਵਾਸਤੇ ਦੇ ਦਿਓ ਭਾਈ ਕੇਲਿਆਂ ਦਾ ਤੂੰ ਸਰੀਕਾ ਕਰਦੇ ਖਾਣ ਦਾ ਸਰੀਕਾ ਕਰਦੇ ਕੰਮ ਵੇਲੇ ਤੂੰ ਕੱਪੜਾ ਲੈ ਕੇ ਪੈ ਜਾਨੀ ਹੈ ਓਹੋ ਮਾਂ ਕਦੇ ਤਾਂ ਸਿੱਧੇ ਮੂੰਹ ਬੋਲਿਆ ਕਰ ਹੁਣ ਤਾਂ ਮੇਰਾ ਬਾਪੂ ਆਏ ਹੋਏ ਆ ਕੀ ਲੈ ਕੇ ਆ ਤੇਰਾ ਬਾਪੂ ਚੱਕ ਕੇ ਪੀਪਾ ਆ ਗਿਆ ਕਹਿੰਦਾ ਬੋਈਆ ਲੈ ਆ ਛੀ ਕੇਲੇ ਲੈ ਦੋ ਮੁੰਡੇ ਨੇ ਖਾ ਲੈ ਚਾਰ ਰਹਿ ਗਏ ਮੈਂ ਤਾਂ ਸ਼ੇਕ ਬਣਾ ਕੇ ਦੇਵਾਂਗੀ ਮੈਨੂੰ ਨਹੀਂ ਪਤਾ ਮੈਨੂੰ ਵੀ ਚਾਹੀਦਾ ਹੈਗਾ ਨਾ ਹੋਰ ਕੇਲੇ ਦੇਖ ਭਾਈ ਇੱਕ ਵਾਰੀ ਬੋਲ ਦੋ ਵਾਰੀ ਬੋਲ ਹੋਈ ਨਹੀਂ ਮੈਂ ਵੀ ਖਾਣੀ ਆ ਮੇਰਾ ਬਾਪ ਲੈ ਕੇ ਆਇਆ ਤੂੰ ਕੌਣ ਹੈ ਮੈਨੂੰ ਰੋਕਣ ਵਾਲੀ ਸਾਰਾ ਦਿਨ ਕੰਮ ਕਰ ਤੂੰ ਕੀ ਕਰਦੀ ਐ ਹੈ ਤੂੰ ਕੀ ਕਰਦੀ ਐ ਨਾ ਤੂੰ ਹੈ ਕੌਣ ਹੈ ਮੈਨੂੰ ਰੋਕਣ ਵਾਲੀ ਮੇਰਾ ਬਾਪੂ ਲੈ ਕੇ ਆਇਆ ਮੈਂ ਤਾਂ ਖਾਉਂਗੀ ਕੀ ਗੱਲ ਮੇਰਾ ਘਰ ਆਇਆ ਮੈਂ ਘਰ ਦੀ ਮਾਲਕਣ ਕੀ ਕਰੀ ਜਾਂਦੇ ਹੋ ਤੁਸੀਂ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ ਦਿਨੇ ਦੇਖ ਦੁਪਹਿਰੇ ਦੇਖ ਤੇਰਾ ਰੋਜ਼ ਦਾ ਕੁੱਤ ਕਲੇਸ਼ ਐ ਮੈਂ ਥੋੜਾ ਨਾਲ ਲੜਦੀ ਆ ਮੰਮੀ ਲੜ ਰਹੇ ਨੇ ਪੁੱਤ ਮੈਨੂੰ ਧੱਕੇ ਮਾਰਦੀ ਐ ਸਾਰਾ ਦਿਨ ਮੈਂ ਕੰਮ ਕਰਦੀ ਆ ਮੈਂ ਧੱਕੇ ਮਾਰੇ ਨੇ ਹਾਂ ਮੈਂ ਤਾਂ ਅਕੇਲਾ ਹੀ ਕਹਾਂ ਮੈਨੂੰ ਦੇ ਦੋ ਕੀ ਹੋ ਗਿਆ ਓਏ ਕੀ ਹੋ ਗਿਆ ਰੋਜ਼ ਦਾ ਕੁੱਤ ਕਲੇਸ਼ ਹੈਗਾ ਕੀ ਭਾਈ ਕਿਉਂ ਮਾਰਿਆ ਭਾਈ ਇਹ ਕੁੜੀ ਦੇ ਸਾਡੀ ਦੇ ਹਾਂ ਕਿਉਂ ਕੁੱਟੀ ਸਾਡੀ ਕੁੜੀ ਜਦੋਂ ਸਾਡੇ ਸਾਹਮਣੇ ਕੁੱਟੀ ਜਾਂਦੇ ਹੋ ਤੁਹਾਡੀ ਕੁੜੀ ਨੂੰ ਪੁੱਛ ਲਓ ਭਾਈ ਕੀ ਕੰਮ ਕਰ ਕੀ ਹੋ ਗਿਆ ਭਾਈ ਪ੍ਰਭੂ ਬਾਪੂ ਮੈਂ ਤਾਂ ਕੁਛ ਨਹੀਂ ਕਿਹਾ ਟੱਕਾ ਹੀ ਤੋੜਦੇ ਬਸ ਸਾਡੇ ਸਾਹਮਣੇ ਧੱਕਾ ਮਾਰਿਆ ਮਗਰੋਂ ਖਬਰ ਹੈ ਤੂੰ ਕੀ ਕਰਦਾ ਹੋਏਗਾ ਰੋਜ਼ ਦੀ ਕੰਮ ਇਹੀ ਆ ਰੋਜ਼ ਮਾਰਿਆ ਤੂੰ ਨਾ ਪਿਆਰ ਨਾਲ ਸਮਝਾਓ ਵੀ ਕਹਦੇ ਮੈਂ ਥੱਪੜ ਕਾਦੇ ਵਾਸਤੇ ਮਾਰ ਲਈ ਪਿਆਰ ਨਾਲ ਸਮਝ ਨਹੀਂ ਤੇਰੀ ਭੈਣ ਤੂੰ ਸਮਝਾ ਕੇ ਮੈਂ ਕੀ ਕਿਹਾ ਮੈਂ ਅਕੇਲਾ ਹੀ ਮੰਗਣ ਲਈ ਸੀ ਨਾ ਤੂੰ ਤਾਂ ਸਾਡੇ ਮੂਰੇ ਫੜ ਫੜ ਕੁੱਟਦੇ ਆਪਦੀ ਭੈਣ ਨੂੰ ਤੂੰ ਐ ਕੁੱਟਦਾ ਹੋਵੇਂਗਾ ਸਾਡੀ ਇਹਦੇ ਵਾਂਗੂ ਕਹਾਉਂਦੀ ਨਹੀਂ ਕੋਈ ਨਗੋਚ ਨਹੀਂ ਹੈਗੀ ਉਹ ਨਗੋਚ ਨਹੀਂ ਤੂੰ ਸਾਡਾ ਹੱਥ ਮੇਰੀ ਗੱਲ ਸੁਣ ਮਿੰਟੂ ਭਾਈ ਦੋ ਪੰਨੇ ਚੱਕ ਲੈ ਅੱਡ ਹੋ ਜਾ ਮੈਂ ਤਾਂ ਜਸ਼ਨਾ ਰਹਿ ਜੂੰਗੀ ਤੁਸੀਂ ਦੋਨੇ ਜੀ ਬਣਾ ਕੇ ਰੱਖੋ ਠੀਕ ਹੈ ਬਣੀ ਭਈਆ ਭਈ ਇਹਦਾ ਸਾਡੇ ਮੰਮਣੇ ਕੁੱਟਦੀ ਰੇ ਚਲ ਕੁੜੀ ਚੱਲੀਏ ਮੈਂ ਸਮਝਾਉਂਦਾ ਰਿਹਾ ਨਾ ਵੀ ਨਾ ਕਲੇਸ਼ ਦਾ ਮੂੰਹ ਮਾੜਾ ਹੁੰਦਾ ਆ ਦੇਖ ਲੈ ਤੂੰ ਕਿਹੜਾ ਵੀ ਘੱਟ ਹੋਵੇਂਗਾ ਤਾਂ ਮੇਰੇ ਸਾਹਮਣੇ ਕੁੱਟਦੀ ਚਲ ਕੁੜੀ ਚੱਲੀਏ ਉਹ ਲੈ ਲੈ ਜੋ ਹਾਂ ਤੇਰੇ ਕੱਪੜੇ ਨੇ ਤੂੰ ਉੱਥੇ ਸਮਾ ਦੂੰਗਾ ਐ ਕਰ ਓਏ ਆ ਕੇ ਕੇਲੇ ਲਿਆ ਭਈਆ ਬੜੇ ਚੱਕ ਕੇ ਕੋਈ ਲੋੜ ਨਹੀਂ ਹੈਗੀ ਦੇਣ ਦੀ ਕੇਲੇ ਕਰ ਆ ਮਾਰੂੰਗੀ ਕੇਲੇ ਮੱਥੇ ਲੈ ਕੇਲੇ ਕੇਲੇ ਲਿਆ ਕੇ ਚੱਕੋ ਥੋੜੇ ਕੇਲੇ ਲਿਆ ਫੜਾ ਭਈ ਆਓ ਜੁੜੇ ਜਾ ਹਾਂ ਮੈਂ ਪੀਪਾ ਵੀ ਚੱਕ ਲਿਆਵਾਂਗੀ ਸਭ ਪੀਪਾ ਲਿਆ ਲਿਆ ਇਹਨਾਂ ਨੂੰ ਪਤਾ ਲੱਗੇ ਮਾੜਾ ਮੋਟਾ ਵੀ ਕੀ ਹੁੰਦੀਆਂ ਨੇ ਬਗਾਨੀਆਂ ਤੀਆਂ ਚੱਕ ਛੂਟ ਤੇਰੇ ਦੋ ਨੱਸ ਸੁਣਾ ਚੱਲ ਓਏ ਹਾਂ ਮੈਨੂੰ ਲੱਗਦਾ ਪ੍ਰਭੂ ਤੇਰੇ ਨਾਲ ਰੋਜ਼ ਲੜਦਾ ਹੋਵੇ ਪਰਾਉਣਾ ਜਾਂ ਹਨਾ ਹੋਰ ਬਾਪੂ ਹੋਈ ਹੀ ਜਾਂਦੀ ਆ ਹੈ ਬਾਪੂ ਹਾਂ ਉਹ ਬਾਪੂ ਹਾਂ ਇਹ ਮੈਨੂੰ ਲੱਗਦਾ ਨਾ ਇਹਦਾ ਤੇਲ ਦਾ ਮੁੱਕਣ ਵਾਲਾ ਆ ਫਿਰ ਬੰਦ ਕਰ ਇਹਨੂੰ ਮੜਾ ਜਾ ਬੰਦ ਕਰ ਮੁੱਕਦਾ ਤਾਂ ਨਹੀਂ ਹੈਗਾ ਯਾਰ ਤੇਲ ਤਾਂ 20 ਦਾ ਪਹਿਲਾਂ ਪਾਦਾ ਬਾਕੀ ਪਹਿਲਾਂ ਵੀ ਪਿਆ ਦੀਏ ਚਾ ਉਹ ਫਿਰ ਉਹਨੂੰ ਵੀ ਤਾਂ ਖੜਾਉਣਾ ਹੈਗਾ ਤੇਲ ਖਾਲੀ ਕਰਕੇ ਥੋੜੀ ਖੜਾ ਮਾਰ ਆਈ ਖੜਾ ਦੀ ਬੋਚ ਕ ਦੇਣੇ ਓਏ ਉਹਨੇ ਕਿਹਾ ਸੀ ਬਾਪੂ ਲੈ ਜੇ ਬਾਲਾ ਕਹਿਣਾ ਪਾ ਦਿੰਨਾ ਉਹਦਾ ਥੋੜਾ ਹੋਰ ਤੇਲ ਪਾ ਦੇ ਇੱਕ ਹੋਰ ਦੇਖੀਏ ਕਿੰਨਾ ਕਾ ਦੇਖ ਲੈ ਜੇ ਸਰਦਾ ਸਾਰ ਲਾ 30 ਦਾ ਹੈ ਓਏ ਬਾਲੀ ਮੰਗਿਆਈ ਹੋ ਗਈ ਭਾਈ ਥੱਲੇ ਲੱਗਿਆ ਪਿਆ ਹੈਗਾ ਤਾਂ ਹੈਗਾ ਮੜ ਮੋ ਪਾ ਦਿੰਨਾ ਕੋਈ ਨਾ ਥੋੜਾ ਜਿਹਾ ਪਾ ਦਿੰਨਾ ਪਰਾਂ ਹੋ ਜਾ
ਲੈ ਦੇਖ ਬਹੁਤਾ ਜਵਾਨੀ ਪਰੇ ਬਰਨਾਲੇ ਤੋਂ ਗਾਡਰੀ ਚੱਕ ਲਿਆਉਂਦੀ ਸਿਰ ਤੇ ਕੀ ਗੱਲਾਂ ਕਰਦਾ ਹੈ ਬਥੇਰੇ ਸਤੀਰ ਟੋਏ ਨੇ ਤੁਸੀਂ ਮੇਰੇ ਸਾਲਿਓ ਮੋਟਰਸਾਈਕਲ ਨਹੀਂ ਰੋੜ ਸਕਦੇ ਕਿਉਂ ਪ੍ਰਭੂ ਪੁੱਤਾ ਆਹੋ ਬਾਪੂ ਠੀਕ ਆ ਨਾਲੇ ਮੇਰਾ ਸਾਲਾ ਦੇਖ ਲਾ ਰਟੋਲਾਂ ਦੇ ਘਰ ਦੇਖਣ ਲੱਗ ਗਿਆ ਉਹ ਦੇਖ ਲਾ ਸੁਰਜਣ ਕਾ ਘਰ ਦਿਖੀ ਜਾਂਦਾ ਤੂੰ ਮਾਰ ਕੇ ਕਚਲਾ ਨਹੀਂ ਰੋੜ ਕੇ ਲੈ ਕੇ ਚਲੋ ਚਲੋ ਚੱਕੋ ਪੀਪਾ ਜਾ ਯਾਰ ਹੋਰ ਤੇ ਚੱਲਦਾ ਚਲਾ ਲਾ ਹੋਰ ਨਹੀਂ ਪਰਤੇ ਇਹਨੂੰ ਪੁੱਤ ਰੱਖ ਲਾ ਪੇਟੀ 'ਚ ਧਰ ਦਾਂਗੇ ਅੰਦਰ ਜਦੋਂ ਲੋੜ ਪਈ ਚੱਕ ਲਾਂਗੇ ਹੋਰ ਫਿਰ ਕਿਹੜਾ ਕਿਤੇ ਜਾਇਆ ਨਹੀਂ ਜਾਂਦਾ ਭੋਗਦੇ ਜਾਣਾ ਟਾਟਾ ਸੂਮਾ 'ਚ ਪਾਵਾਂਗੇ ਆ ਜਾ ਓਏ ਤੋਰ ਲੈ ਇਹਨੂੰ ਹਾਂ ਪੁੱਤ ਜਾ ਭਗ ਜਾ ਧੀਏ ਭਗ ਜਾ ਇੱਧਰ ਭਗ ਜਾ ਲੈ ਝੋੜਾ ਮੈਨੂੰ ਫੜਾ ਜਾ ਲਾ ਲਾ ਉਹਨੂੰ ਸਟੈਂਡ 'ਤੇ ਮੈਂ ਵੀ ਇੱਧਰ ਜਾ ਆਵਾਂ ਮਾੜਾ ਜਾ ਹੋਰ ਹੋਰ ਮੈਨੂੰ ਤਾਂ ਆਪ ਨੀ ਪਤਾ ਪੁੱਤ ਕੀ ਕਰੇਗਾ ਤੂੰ ਹੀ ਦੱਸ ਦੇ ਕੀ ਕਰੀਏ ਉਹ ਬਾਪੂ ਤੈਨੂੰ ਮੈਂ ਦੱਸਦਾ ਇੱਥੋਂ ਸਿੱਧਾ ਬੈਂਕ ਨੂੰ ਜਾ ਉੱਥੋਂ 35,970 ਰੁਪਏ ਕਢਾ ਜਾਂਦਾ ਜਾਂਦਾ 30 ਰੁਪਏ ਦਾ ਤੇਲ ਵਾਪਸ ਕਰ ਦੀ 36,000 ਇਕੱਠਾ ਕਰਕੇ ਆਪਾਂ ਮਿੱਠੂ ਦੇ ਮੁੰਡੇ ਨੂੰ ਦੇ ਦਾਂਗੇ ਆਹ